ਹਾਂਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਕੁਝ ਸਵਾਲ ਤੁਹਾਡੇ ਲਈ ਇਮਤਿਹਾਨ ਦੇ ਵਕਤੋਂ ਜਿਹੜੇ ਲਾਹੇਵੰਦ ਸਾਬਤ ਹੋਣਗੇ ਤੇ ਦੇਖਦੇ ਆਂ ਪਹਿਲਾ ਸਵਾਲ ਸਵੈਜੀਵਨੀਆਂ ਨਾਲ ਸੰਬੰਧਿਤ ਹੋਣਗੇ ਅੱਜ ਦੇ ਸਵਾਲ ਨੇ ਜਿਹੜੇ ਪਹਿਲਾ ਸਵਾਲ ਸਕਰੀਨ ਤੇ ਹਾਂਜੀ ਬਨਜ਼ਾਰਾ ਵੇਦੀ ਕਿਹੜੀ ਲਾਇਬ੍ਰੇਰੀ ਦੇ ਵਿੱਚ ਪੜਨ ਲਈ ਜਾਂਦਾ ਹੁੰਦਾ ਸੀਗਾ ਹਾਰਡਿੰਗ ਆਰਕੀਓਲੋਜੀਕਲ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਜਾਂ ਪਹਿਲੀ ਤੇ ਦੂਜੀ ਜਾਂ ਪਹਿਲੀ ਦੂਜੀ ਤੀਜੀ ਤਿੰਨੇ ਲਾਇਬ੍ਰੇਰੀਆਂ ਦੇ ਵਿੱਚ ਪੜਦਾ ਸੀ ਜਾਂ ਦੋ ਦੇ ਵਿੱਚ ਜਾਂ ਕਿਹੜੀ ਦੇ ਵਿੱਚ ਪੜਦਾ ਸੀਗਾ ਜਵਾਬ ਜ਼ਰੂਰ ਦੇਣਾ ਜੇ ਤੁਹਾਡਾ ਧਿਆਨ ਨਾ ਪੜਿਆ ਹੋਇਆ ਜੀ ਬਿਲਕੁਲ ਸਹੀ ਜਵਾਬ ਸੋਚਿਆ ਜਿਨ੍ਹਾਂ ਨੇ ਪੜਿਆ ਹੋਇਆ ਸੀਗਾ ਜੀ ਪਹਿਲੀ ਦੂਜੀ ਤੇ ਤੀਜੀ ਪਹਿਲੀ ਦੂਜੀ ਤੇ ਤੀਜੀ ਜਿੰਨੇ ਜਵਾਬ ਸਹੀ ਨੇ ਜੀ ਅਗਲਾ ਸਵਾਲ ਦੇਖਦੇ ਆਪਾਂ ਬਨਜਾਰਾ ਵਿਧੀ ਨੂੰ ਡਾਕਟਰ ਅੰਬੇਦਕਰ ਬਨਜਾਰਾ ਵਿਧੀ ਡਾਕਟਰ ਅੰਬੇਦਕਰ ਨੂੰ ਕਿਹੜੀ ਲਾਇਬ੍ਰੇਰੀ ਦੇ ਵਿੱਚ ਮਿਲਿਆ ਸੀਗਾ ਨਾਮ ਉਹੀ ਨੇ ਤਨੇ ਹਾਰਡਿੰਗ ਆਰਕੀਓਲੋਜੀਕਲ ਸੈਂਟਰਲ ਸਕਤਰੀਤ ਲਾਇਬ੍ਰੇਰੀ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਹੋ ਸਕਦਾ ਕੋਈ ਹੋਰ ਹੋਵੇ ਜਾਫਰ ਅਵੇਦਕਰ ਨੂੰ ਕਦੇ ਮਿਲਿਆ ਹੀ ਨਹੀਂ ਇਹ ਸਵਾਲ ਹੀ ਐਵੇਂ ਬਣ ਗਿਆ ਹੋਵੇ ਤੇ ਜਰੂਰ ਜੇ ਧਿਆਨ ਨਾ ਪੜਿਆ ਹੋਇਆ ਤਾਂ ਸਹੀ ਜਵਾਬ ਦੇਣਾ ਜੀ ਕਿਹੜੀ ਲਾਇਬ੍ਰੇਰੀ ਦੇ ਵਿੱਚ ਮਿਲਿਆ ਸੀਗਾ ਜੀ ਸਹੀ ਹੈ ਜਿਨ੍ਹਾਂ ਨੇ ਪੜਿਆ ਹੋਇਆ ਹੈ ਇਮਾਨਦਾਰੀ ਨਾਲ ਅਖੀਰ ਤੇ ਦੱਸਣਾ ਕਿ ਕਿੰਨੇ ਤੁਹਾਡੇ ਸਹੀ ਹੋਇਆ ਜੀ ਆਰਕੀਓਲੋਜੀਕਲ ਲਾਇਬ੍ਰੇਰੀ ਦੇ ਵਿੱਚ ਹੀ ਅਵੇਦਕਰ ਨੂੰ ਮਿਲਿਆ ਸੀਗਾ ਡਾਕਟਰ ਬਨਜਾਰਾ ਵੇਦੀ ਅਗਲਾ ਸਵਾਲ ਦੇਖੋ ਸਵੈ ਜੀਵਨੀ ਨੂੰ ਨਿੱਜ ਬੀਤੀ ਕਿਸ ਨੇ ਕਿਹਾ ਸਵੈ ਜੀਵਨੀ ਨੂੰ ਆਪ ਬੀਤੀ ਵੀ ਕਹਿੰਦੇ ਆ ਤੇ ਨਿੱਜ ਬੀਤੀ ਕੀ ਨੇ ਕਿਹਾ ਇਹਨਾਂ ਦੇ ਵਿੱਚੋਂ ਵਿਦੀ ਨੇ ਨੀਕੀ ਨੇ ਪ੍ਰੋਫੈਸਰ ਪੂਲ ਸਿੰਘ ਨੇ ਅੰਮ੍ਰਿਤਪ੍ਰੀਤ ਨੇ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੋ ਸਕਦਾ ਉਹ ਨਾਮ ਇੱਥੇ ਨਹੀਂ ਹੋਵੇ ਜਿਨੇ ਕਹੀ ਹੈ ਇਹ ਗੱਲ ਸਵੈ ਜੀਵਨੀ ਨੂੰ ਨਿੱਜ ਬੀਤੀ ਕਿਸ ਨੇ ਕਿਹਾ ਇਹ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ ਲਿਖ ਕੇ ਰੱਖ ਵੀ ਲਿਓ ਜੇ ਨਹੀਂ ਪਤਾ ਤੇ ਚੈਨਲ ਤੇ ਜਿਹੜੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਬਾਕੀ ਵੀਡੀਓ ਸਾਂਝੀ ਜ਼ਰੂਰ ਕਰਿਆ ਕਰਿਆ ਵੱਧ ਤੋਂ ਵੱਧ ਕਿਉਂਕਿ ਕੁਝ ਨਾ ਕੁਝ ਜ਼ਰੂਰ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇਗਾ ਤੇ ਤਸੱਲੀ ਵਕਤ ਮਿਲੇਗਾ ਸਿੱਖਣ ਨੂੰ ਇਹ ਵੀ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਆ ਬਿਲਕੁਲ ਸਹੀ ਜਵਾਬ ਹੈ ਜੀ ਜਿਨ੍ਹਾਂ ਨੇ ਹਾਂਜੀ ਸ ਨਜਵਿਤੀ ਕਿਸ ਨੇ ਕਿਹਾ ਜਸਵੰਤ ਸਿੰਘ ਨੇ ਕਿਹਾਗਾ ਸਵੇਰ ਜੀਵਨੀ ਨੂੰ ਨਜਵਿਤੀ ਕੁੜੀਆਂ ਕੋਲ ਇੱਕ ਤੀਜੀ ਅੱਖ ਹੁੰਦੀ ਹੈ ਇੱਕ ਤੀਜਾ ਕੰਨ ਵੀ ਹੁੰਦਾ ਹੈ ਇੱਕ ਹੀ ਨੀ ਗੱਲ ਕਹੀ ਸੀ ਅੰਮਰਤਾ ਪ੍ਰੀਤਮ ਨੇ ਦਲੀਪ ਕੌਟੀਵਾਣਾ ਨੇ ਅਜੀਤ ਕੌਰ ਨੇ ਹਾਂਜੀ ਤਿੰਨ ਨਾਮ ਨੇ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੋ ਸਕਦਾ ਜਾਂ ਬਕਲਪਾਪਾ ਹੋਰ ਵੀ ਬਣਾ ਸਕਦੇ ਆ ਕੋਈ ਗੱਲ ਨਹੀਂ ਪਰ ਤੁਸੀਂ ਇਹ ਤਿੰਨਾਂ ਤੇ ਹੀ ਦੇਖਣਾ ਕਿ ਕੁੜੀਆਂ ਕੋਲ ਇੱਕ ਤੀਜੀ ਅੱਖ ਹੁੰਦੀ ਹੈ ਤੇ ਇੱਕ ਤੀਜਾ ਕੰਨ ਵੀ ਹੁੰਦਾ ਹੈ ਪਰ ਇਸ ਤੋਂ ਅੱਗੇ ਜ਼ਰੂਰ ਪੜਿਓ ਕੀ ਗੱਲ ਕਹੀ ਸੀ ਬਹੁਤ ਵਧੀਆ ਗੱਲ ਕਹੀ ਗਈ ਹੈ ਇਹ ਤੇ ਬਿਲਕੁਲ ਸਹੀ ਵੀ ਲੱਗਦੀ ਹੈ ਮੈਨੂੰ ਤੇ ਜੇ ਪੜਿਆ ਹੋਇਆ ਤੁਹਾਡਾ ਤਾਂ ਬਿਲਕੁਲ ਸਹੀ ਜਵਾਬ ਹੈ ਜੀ ਇਹ ਗੱਲ ਕਹੀ ਸੀਗੀ ਅਜੀਤ ਕੌਰ ਨੇ ਅਜੀਤ ਕੌਰ ਨੇ ਕਹੀ ਸੀ ਇਹ ਗੱਲ ਤੇ ਅਗਲਾ ਸਵਾਲ ਦੇਖਦੇ ਆਪਾਂ ਜਿਨ੍ਹਾਂ ਕੋਈ ਦੂਜਿਆਂ ਤੋਂ ਬੇਪਰਵਾਹ ਹੋਵੇ ਉਹਨਾਂ ਹੀ ਆਪਣੀ ਪੁਸ਼ਾਕ ਤੋਂ ਬੇਪਰਵਾਹ ਹੁੰਦਾ ਹੈ ਇਹ ਕਥਨ ਕਿਸ ਦਾ ਹੈ ਪ੍ਰਿਤਲੜੀ ਨੇ ਕਹੀ ਗੱਲ ਪ੍ਰਿੰਸੀਪਲ ਤੇਜਾ ਸਿੰਘ ਪ੍ਰੋਫੈਸਰ ਪੂਨ ਸਿੰਘ ਜਸਵੰਤ ਸਿੰਘ ਨੇ ਕੀ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸ ਨੇ ਤਾਂ ਇਹ ਗੱਲ ਕਹੀ ਆ ਤੇ ਜ਼ਰੂਰ ਜੇ ਤੁਹਾਡਾ ਧਿਆਨ ਨਾ ਪੜਿਆ ਹੋਇਆ ਤਾਂ ਜਵਾਬ ਦੇਣਾ ਜੀ ਇਹ ਗੱਲ ਕਿਸ ਨੇ ਕਹੀ ਹੈ ਜੀ ਤੇ ਬਿਲਕੁਲ ਸਹੀ ਜਵਾਬ ਦੇਖੋ ਜੀ ਸਈਅਦ ਜੀ ਹਾਂ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਹ ਗੱਲ ਕਹੀ ਹੈ ਤੇ ਇਹ ਜਿੰਨੇ ਕੁ ਸਵਾਲ ਆਪਾਂ ਬਣਾਏ ਨੇ ਜਾਂ ਗੱਲ ਕਰ ਰਹੇ ਆ ਤੁਹਾਡੇ ਨਾਲ ਇਸ ਤਰ੍ਹਾਂ ਦੇ ਸਵਾਲ ਅਕਸਰ ਇਮਤਿਹਾਨ ਦੇ ਵਿੱਚ ਆਉਂਦੇ ਨੇ ਤੇ ਕੁਝ ਆਏ ਵੀ ਹੋਏ ਨੇ ਤੇ ਉਮੀਦ ਹੈ ਸਾਡਾ ਇਹ ਨਿੱਕੇ ਨਿੱਕੇ ਉਪਰਾਲੇ ਤੁਹਾਨੂੰ ਵਧੀਆ ਲੱਗ ਰਹੇ ਹੋਣਗੇ ਜੇ ਵਧੀਆ ਲੱਗਦੇ ਤਾਂ ਵੀਡੀਓ ਅੱਗੇ ਸਾਂਝੀ ਜ਼ਰੂਰ ਕਰਿਆ ਕਰੋ ਤੇ ਪੱਧ ਤੋਂ ਬਾਅਦ ਆਪਾਂ ਅੱਗੇ ਵੀਡੀਓ ਹੋਰ ਲੈ ਕੇ ਆਉਂਦੇ ਰਹਾਂਗੇ ਜੁੜਾ ਆਪਣਾ ਪਰਵਾਰਿਕ ਮੈਂਬਰ ਵਧਣਗੇ ਆਪਾਂ ਵੀ ਵੀਡੀਓ ਵੀ ਬਣਾਉਂਦੇ ਰਹਾਂਗੇ ਹਾਸਦੇ ਵਸਦੇ ਰਹੋ ਨਵੀਂ ਵੀਡੀਓ ਦੇ ਨਾਲ ਬਹੁਤ ਜਲਦ ਮਿਲਾਂਗੇ ਖੁਸ਼ ਰਹੋ